ਸਭ ਦਾ ਸਵਾਗਤ ਹੈ ਜੀ ਜਮਾ ਸਟੱਡੀ ਚੈਨਲ ਤੇ ਅੱਜ ਆਪਾਂ ਸਵੈਕਸ਼ਤਾ ਟਾਪਿਕ ਸਾਰਕ ਕਰਨ ਜਾ ਰਹੇ ਹਾਂ ਜੋ ਕਿ ਸਬੰਧਿਤ ਰਹੇਗਾ ਮਾਸਟਰਕੀਡਰ ਪੀਐਸਟੈਟ ਤੇ ਸੀਟੈਟ ਦੇ ਵਿਦਿਆਰਥੀਆਂ ਦੇ ਨਾਲ ਇਸ ਤੋਂ ਪਹਿਲਾਂ ਵਾਲੇ ਜੋ ਵੀਡੀਓਜ਼ ਨੇ ਉਹਨਾਂ ਦੀ ਪਲੇਲਿਸਟ ਬਣ ਚੁੱਕੀ ਆ ਤੇ ਜਿਸ ਦਾ ਲਿੰਕ ਤੁਹਾਨੂੰ ਮਿਲ ਜਾਵੇਗਾ ਡਿਸਕ੍ਰਿਪਸ਼ਨ ਦੇ ਵਿੱਚੋਂ ਸੋ ਬਹੁਤੀ دیر ਨਾ ਲਗਾਉਂਦੇ ਹੋਏ ਆਪਾਂ ਅੱਜ ਦੀ ਕਲਾਸਾ ਜੋ ਸਟਾਰਟ ਕਰਦੇ ਹਾਂ ਜੋ ਕਿ ਸਾਰਕ ਵਾਰੀ ਹੈ ਸਾਰਕ ਜਿਸ ਦੀ ਫੁੱਲ ਫਾਰਮ ਹੈ ਜੀ ਸਾਊਥ ਏਸ਼ੀਅਨ ਐਸੋਸੀਏਸ਼ਨ ਫਾਰ ਰੀਜਨਲ ਕੋਆਪਰੇਸ਼ਨ ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਦੱਖਣੀ ਏਸ਼ੀਆਈ ਖੇਤਰੀ ਸੰਗਠਨ ਸਹਿਯੋਗ ਇਸ ਦੀ ਜਿਹੜੀ ਸਥਾਪਨਾ ਕੀਤੀ ਗਈ ਜੀ ਉਹ ਹੋਈ 8 ਦਸੰਬਰ 1985 ਦੇ ਵਿੱਚ ਕਿੱਥੇ ਹੋਈ ਟਾਕਾ ਟਾਕਾ ਕਿੱਥੇ ਹੈ ਜੀ ਬੰਗਲਾਦੇਸ਼ ਦੇ ਵਿੱਚ ਹੁਣ ਇਹਦੀ ਸਥਾਪਨਾ ਤਾਂ ਹੋਈ ਹੈ ਜੀ ਟਾਕਾ ਦੇ ਵਿੱਚ ਪਰ ਇਹਦਾ ਜਿਹੜਾ ਹੈੱਡ ਕੁਆਟਰ ਆ ਉਹ ਹੈ ਕਾਠਮੰਡੂ ਜੋ ਕਿ ਨੇਪਾਲ ਦੀ ਇਰਾਸਤਾਨੀ ਉੱਥੇ ਸਥਿਤ ਹੈ ਇਸ ਦੇ ਕੁੱਲ ਮੈਂਬਰ ਦੇਸ਼ ਆ ਜਿਹੜੇ 8 ਨੇ ਜਿਨ੍ਹਾਂ ਦੇ ਨਾਮ ਨੇ ਜੀ ਅਫਗਾਨਿਸਤਾਨ ਬੰਗਲਾਦੇਸ਼ ਭੂਟਾਨ ਭਾਰਤ ਮਾਲਦੀਪ ਨੇਪਾਲ ਪਾਕਿਸਤਾਨ ਤੇ ਸ਼੍ਰੀਲੰਕਾ ਹੁਣ ਇਹਨਾਂ ਦੇ ਨੇਮ ਆ ਜਿਹੜੇ ਉਹ ਆਪਣੇ ਮੋਸਟ ਆਫ ਦਾ ਕੇਸਿਸ ਲਰਨ ਨਹੀਂ ਹੁੰਦੇ ਯਾਦ ਨਹੀਂ ਹੁੰਦੇ ਜਾਂ ਆਪਾਂ ਭੁੱਲ ਜਾਂਦੇ ਆ ਜੇ ਯਾਦ ਵੀ ਹੋ ਜਾਂਦੇ ਆ ਤਾਂ ਇੱਥੇ ਇੱਕ ਮੈਂ ਜਿਹੜੀ ਟ੍ਰਿਕ ਲਿਖੀ ਹੋਈ ਆ ਜਿਸ ਦੇ ਨਾਲ ਤੁਸੀਂ ਇਜ਼ੀਲੀ ਜਿਹੜੇ ਨੂੰ ਲਰਨ ਕਰ ਸਕਦੇ ਹੋ ਜਿਵੇਂ ਕਿ ਮੈਂ ਲਿਖਿਆ ਟ੍ਰਿਕ ਟੂ ਲਰਨ ਮੈਂਬਰਸ ਮੈਂਬਰ ਕੰਟਰੀਜ਼ ਆਫ ਸਾਰਕ ਤਾਂ ਤੁਸੀਂ ਪਹਿਲਾਂ ਲਿਖ ਲੈਣਾ ਜੀ ਐਮਬੀਬੀਐਸ ਪੇਨ ਐਮ ਤੋਂ ਮਾਲਦੀਵਸ ਐਂਡ ਬੀ ਤੋਂ ਬੰਗਲਾਦੇਸ਼ ਥੈਨ ਵੀ ਤੋਂ ਪੁਟਾਨ ਐਸ ਤੋਂ ਸ਼੍ਰੀਲੰਕਾ ਪੀ ਤੋਂ ਪਾਕਿਸਤਾਨ ਏ ਤੋਂ ਅਫਗਾਨਿਸਤਾਨ ਤੇ ਆਈ ਤੋਂ ਜੀ ਇੰਡੀਆ ਤੇ ਐਨ ਤੋਂ ਨਪਾਲ ਸੋ ਐਮ ਬੀਬੀਐਸ ਪੇਨ ਲਿਖ ਕੇ ਤੁਸੀਂ ਐਮ ਬੀਬੀਐਸ ਪੇਨ ਤਾਂ ਇਸ ਤਰ੍ਹਾਂ ਤੁਸੀਂ ਜਿਹੜੇ ਸਾਰਕ ਮੈਂਬਰ ਦੇਸ਼ ਉਹਨਾਂ ਨੂੰ ਯਾਦ ਰੱਖ ਸਕਦੇ ਹੋ ਆਸ ਕੀਤੀ ਜਾਂਦੀ ਹੈ ਕਿ ਤੁਹਾਨੂੰ ਜਿਹੜੀ ਇਹ ਟ੍ਰਿਕ ਆ ਵਧੀਆ ਲੱਗੀ ਹੋਵੇਗੀ ਇਸ ਤੋਂ ਬਿਨਾਂ ਕੁਝ ਜਿਹਾ ਕੰਟਰੀ ਨੇ ਜੁਇਸਤੀਆ ਮੈਂਬਰ ਤਾਂ ਨਹੀਂ ਹਨ ਬਟ ਉਹ ਨਿਗਰਾਨ ਦੇਸ਼ ਦੀ ਭੂਮਿਕਾ ਨਿਭਾਉਂਦੇ ਆ ਅਬਜ਼ਰਵੇਸ਼ਨ ਦੀ ਭੂਮਿਕਾ ਰੱਖਦੇ ਆ ਭਾਵੇਂ ਕਿ ਉਹਦੇ ਮੈਂਬਰ ਨਾ ਹੋਣ ਦੇ ਬਾਵਜੂਦ ਵੀ ਇਸ ਦੇ ਵਿੱਚ ਇੰਟਰਸਟ ਰੱਖ ਰਹੇ ਨੇ ਜਿਵੇਂ ਕਿ ਆਸਟ੍ਰੇਲੀਆ ਚੀਨ ਯੂਰਪੀਅਨ ਯੂਨੀਅਨ ਈਰਾਨ ਜਾਪਾਨ ਮੋਰੀਸ਼ੀਅਸ ਤੇ ਮਿਆਂਮਾ ਇਹ ਜਿਹੜੀਆਂ ਕੰਟਰੀਜ਼ ਨੇ ਇਹ ਇਹਦੇ ਵਿੱਚ ਇੰਟਰਸਟਿਡ ਨੇ ਤੇ ਇਸ ਦੇ ਜਿਹੜੇ ਕੰਮ ਆ ਉਹਨਾਂ ਤੇ ਨਿਗਾਹ ਰੱਖਦੀ ਆ ਉਹਨਾਂ ਤੇ ਨਿਗਰਾਨੀ ਕਰਦੀ ਆ ਦੈਟਸ ਵਾਈ ਇਹਨਾਂ ਨੂੰ ਨਿਗਰਾਨ ਦੇਸ਼ ਕਿਹਾ ਜਾਂਦਾ ਇਸ ਤੋਂ ਬਿਨਾ ਜੇਕਰ ਆਪਾਂ ਗੱਲ ਕਰੀਏ ਕਿ ਕੋਈ ਵੀ ਆਰਗੇਨਾਈਜੇਸ਼ਨ ਆ ਉਹਦਾ ਕੋਈ ਨਾ ਕੋਈ ਮਕਸਦ ਜ਼ਰੂਰ ਹੋਊਗਾ ਜਿਹਦੇ ਲਈ ਉਸ ਨੂੰ ਬਣਾਇਆ ਜਾਂਦਾ ਹੈ ਬਿਨਾ ਕਿਸੇ ਉਦੇਸ਼ ਦੇ ਕੋਈ ਵੀ ਆਰਗੇਨਾਈਜੇਸ਼ਨ ਜਿਹੜੀ ਨਹੀਂ ਬਣ ਜਾਂਦੀ ਤਾਂ ਜੋ ਇਸ ਦਾ ਉਦੇਸ਼ ਹੈ ਸਾਰਕ ਦਾ ਉਹ ਇਸ ਦੇ ਚਾਰਟ ਦੇ ਅਨੁਛੇਦ 1 ਵਿੱਚ ਇਹਦੀ ਉਦੇਸ਼ ਜਿਹੜੇ ਦਿੱਤੇ ਗਏ ਜਿਸ ਦਾ ਕੀ ਉਦੇਸ਼ ਨੇ ਜਨਤਾ ਦੀ ਭਲਾਈ ਲਈ ਕਲਿਆਣਕਾਰੀ ਕੰਮ ਕਰਨਾ ਅਤੇ ਜੀਵਨ ਪੱਧਰ ਨੂੰ ਉੱਚਾ ਕਰਨਾ ਇਸ ਤੋਂ ਬਿਨਾ ਜਿਹੜੇ ਇਸ ਦੇ ਵਿੱਚ ਸ਼ਾਮਲ ਦੇਸ਼ ਨੇ ਉਹਨਾਂ ਦੀ ਭਲਾਈ ਦੇ ਲਈ ਕੰਮ ਕਰਨਾ ਜਾਂ ਫਿਰ ਉਹਨਾਂ ਦੇ ਸੱਭਿਆਚਾਰ ਨੂੰ ਦੀ ਸਾਂਭ ਸੰਭਾਲ ਕਰਨਾ ਉਹਨੂੰ ਵਿਕਸਿਤ ਕਰਨਾ ਇਹ ਵੀ ਇਹਨਾਂ ਦੀ ਜ਼ਿੰਮੇਵਾਰੀ ਹੈ ਇੰਡੀਆਜ਼ ਪਾਲਿਸੀ ਜੇਕਰ ਆਪਾਂ ਭਾਰਤ ਦੀ ਪਾਲਿਸੀ ਦੀ ਗੱਲ ਕਰੀਏ ਹੋ ਹੈ ਜੀ ਨੇਬਰਹੂਡ ਫਰਸਟ ਗਲੋਬਲ ਲੀਡਰਸ਼ਿਪ ਰੋਲ ਐਂਡ ਐਕਟ ਈਸਟ ਪਾਲਿਸੀ ਤੇ ਕਈ ਵਾਰ ਪੁੱਛ ਲੈਂਦੇ ਆ ਕਿ ਐਕਟ ਈਸਟ ਪਾਲਿਸੀ ਕਿਸ ਕੰਟਰੀ ਦੀ ਹੈ ਤਾਂ ਜੀ ਉਹ ਹੈ ਇੰਡੀਆ ਦੀ ਜਿੱਕਰ ਸਰਕ ਦੀ ਆਪਾਂ ਅਫੀਸ਼ੀਅਲ ਲੈਂਗੁਏਜ ਦੀ ਗੱਲ ਕਰੀਏ ਉਹ ਹੈ ਇੰਗਲਿਸ਼ ਹਾਂਜੀ ਜੋ ਆਪਣੀ ਆਪੜੀ ਆ ਸਰਕ ਦੇ ਬਾਰੇ ਉਹ ਹੈ ਜੀ ਕੋਵਿਡ 19 ਦੇ ਵਿੱਚ ਭਾਰਤ ਦੇ ਜਿਹੜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਹਨਾਂ ਨੇ ਸਾਰਕ ਦੇ ਮੈਂਬਰਾਂ ਨੂੰ ਕਿਹਾ ਸੀ ਕਿ ਜਿੰਨੀ ਵੀ ਸਹਾਇਤਾ ਹੋ ਸਕਦੀ ਆ ਉਹ ਕੋਵਿਡ-19 ਐਮਰਜੈਂਸੀ ਫੰਡ ਦੇ ਵਿੱਚ ਪਾਈ ਜਾਵੇ ਤਾਂ ਜਿਹੜਾ ਭਾਰਤ ਉਸਨੇ 10 ਮਿਲੀਅਨ ਜਿਹੜੇ ਡਾਲਰ ਆ ਉਹ ਇਸ ਦੇ ਵਿੱਚ ਪਾਈ ਕੋਵਿਡ-19 ਐਮਰਜੈਂਸੀ ਫੰਡ ਜੋ ਕਿ ਸਾਰਕ ਦਾ ਹੈ ਅਤੇ ਬਾਕੀ ਜਿਹੜੇ ਦੇਸ਼ ਐਸਤੇ ਮੈਂਬਰ ਉਹਨਾਂ ਨੂੰ ਵੀ ਕਿਹਾ ਕਿ ਵੀ ਉਹ ਵੀ ਕੋਈ ਨਾ ਕੋਈ ਹਿੱਸਾ ਪਾ ਸਕਦੇ ਨੇ ਪਰ ਕਿਸੇ ਨੂੰ ਫੋਰਸ ਨਹੀਂ ਕੀਤਾ ਜਾਵੇਗਾ ਕਿ ਤੁਸੀਂ ਕਿੰਨੇ ਜਿਹੜੇ ਪੈਸੇ ਆ ਉਹਦੇ ਵਿੱਚ ਪਾਉਣੇ ਆ ਤੇ ਜਿੰਨੀ ਉਹਨਾਂ ਦੀ ਮਤਲਬ ਅਵੇਲੇਬਿਲਟੀ ਹੋਈ ਠੀਕ ਹੈ ਨਾ ਉਸ ਦੇ ਹਿਸਾਬ ਨਾਲ ਉਹ ਜਿਹੜੇ ਇਸਤੇ ਫੰਡ ਦੇ ਵਿੱਚ ਆ ਜਿਹੜੇ ਪੈਸੇ ਪਾ ਸਕਦੇ ਆ ਤੇ ਜਿਹੜੇ ਭਾਰਤ ਦੇ ਪ੍ਰਧਾਨ ਮੰਤਰੀ ਉਹਨਾਂ ਨੇ 10 ਮਿਲੀਅਨ ਡਾਲਰ ਆ ਜਿਹੜੇ ਇਸ ਫੰਡ ਦੇ ਵਿੱਚ ਪਾਏ ਨੇ ਕੋਵਿਡ 19 ਐਮਰਜੈਂਸੀ ਫੰਡ ਸਾਰਕ ਦੇ ਵਿੱਚ ਇਸ ਤੋਂ ਬਿਨਾ ਆਪਾਂ ਨੂੰ ਪਤਾ ਹੀ ਇਸ ਦੇ ਵਿੱਚ ਜਿਹੜੇ ਦੱਖਣੀ ਏਸ਼ੀਅਨ ਕੰਟਰੀਜ਼ ਆ ਤੇ ਏਸ਼ੀਆ ਦੀ ਜਿਹੜੀ ਆਬਾਦੀ ਬਹੁਤ ਜ਼ਿਆਦਾ ਹੈ ਤੇ ਏਸ਼ੀਆ ਨੇ ਜਿਹੜੇ ਇਸ ਦੇ ਮੈਂਬਰ ਨੇ ਉਹਨਾਂ ਨੇ ਦੁਨੀਆ ਦਾ 3% ਖੇਤਰਫਲ ਜਾਨੀ ਕਿ ਘੇਰਿਆ ਹੋਇਆ ਸਾਰਕ ਦੇ ਮੈਂਬਰਾਂ ਨੇ ਸੋਰੀ ਸਾਰਕ ਦੇਸ਼ਾਂ ਨੇ ਤੇ 21% ਜਿਹੜੀ ਦੁਨੀਆ ਦੀ ਆਬਾਦੀ ਹੈ ਉਹ ਸਾਰਕ ਦੇਸ਼ਾਂ ਦੇ ਵਿੱਚ ਹੀ ਰਹਿੰਦੀ ਹੈ ਇਸ ਦੇ ਜਨਰਲ ਸੈਕਟਰੀ ਅਬુલ ਹਸਨ ਹਨ 1985 ਦੀ ਜੇਕਰ ਆਪਾਂ ਗੱਲ ਕਰੀਏ ਤਾਂ ਉਸ ਸਮੇਂ ਇਸ ਦੇ ਵਿੱਚ 7 ਮੈਂਬਰ ਸੀ ਤੇ ਪ੍ਰੈਜ਼ੈਂਟ ਟਾਈਮ ਦੇ ਵਿੱਚ ਇਸ ਦੇ ਮੈਂਬਰ ਨੇ ਜੀ 8 ਜਿਹੜੇ ਆਪਾਂ ਪਹਿਲਾਂ ਕਰ ਚੁੱਕੇ ਹਾਂ ਤੇ ਜਿਹੜਾ ਇੱਥੇ ਆਪਾਂ ਗੱਲ ਕਰੀਏ ਕਿ 1985 ਦੇ ਵਿੱਚ 7 ਮੈਂਬਰ ਸੀ ਤੇ 8ਵਾਂ ਮੈਂਬਰ ਜੀ ਉਹ ਅਫਗਾਨਿਸਤਾਨ ਬਣਿਆ April 2007 ਦੇ ਵਿੱਚ ਸਾਰਕ ਦਾ ਮੈਂਬਰ ਬਣਿਆ ਸਤੇ ਹੁਣ ਤੱਕ 19 ਸੰਮੇਲਨਾਂ ਜਿਹੜੇ ਸਿਖਰ ਸੰਮਿਲ ਉਹ ਹੋ ਚੁੱਕੇ ਨੇ ਤੇ ਹੁਣ ਆਪਾਂ ਸਾਰੇ ਸੰਮੇਲਨਾਂ ਦੀ ਗੱਲ ਕਰਦੇ ਆ ਵੀ ਕਿਹੜਾ ਸੰਮੇਲਨ ਕਦੋਂ ਤੇ ਕਿੱਥੇ ਹੋਇਆ ਵੈਸੇ ਤਾਂ ਉਹ ਇੰਪੋਰਟੈਂਟ ਹੀ ਪੁੱਛਦੇ ਆ ਜਿਵੇਂ ਪਹਿਲਾ 18ਵਾਂ ਜਾਂ 19ਵਾਂ ਹਨਾ ਬਟ ਫਿਰ ਵੀ ਆਪਾਂ ਸਾਰੇ ਕਰ ਹੀ ਲੈਣੇ ਕੋਈ ਪਤਾ ਨਹੀਂ ਕਿਹੜਾ ਆ ਜਾਏ ਸੋ ਫਸਟ ਜਿਹੜਾ ਸਿਖਰ ਸੰਮੇਲਨ ਹੋਇਆ ਸੀ ਜੀ ਉਹ ਆਇਆ ਸੀ ਟਾਕਾ ਦੇ ਵਿੱਚ 1985 ਦੇ ਵਿੱਚ ਤੇ ਮੇਜ਼ਬਾਨ ਦੇਸ਼ ਕਿਹੋ ਜਨਾ ਸੀ ਬੰਗਲਾਦੇਸ਼ ਕਿਉਂਕਿ ਇਹ ਠਾਕਾ ਕਿੱਥੇ ਹੈ ਬੰਗਲਾਦੇਸ਼ ਦੇ ਵਿੱਚ ਤੇ ਜੋ ਸੈਕੰਡ ਸਿਖਰ ਸੰਮੇਲਨ ਹੋਇਆ ਜੀ ਉਹ ਹੋਇਆ ਸੀ ਬੰਗਲੌਰ ਦੇ ਵਿੱਚ ਜੋ ਕਿ ਭਾਰਤ 'ਚ ਹੈ 1986 ਦੇ ਵਿੱਚ ਜਿਹੜਾ ਤੀਜਾ ਸਿਖਰ ਸੰਮੇਲਨ ਉਹ ਕਾਠਮੰਡੂ ਨੇਪਾਲ 1987 ਵਿੱਚ ਚੌਥਾ ਸਿਖਰ ਸੰਮੇਲਨ ਇਸਲਾਮਾਬਾਦ ਪਾਕਿਸਤਾਨ 1988 ਦੇ ਵਿੱਚ ਪੰਜਵਾਂ ਸਿਖਰ ਸੰਮੇਲਨ ਮਾਲੇ ਮਾਲਦੀਪ ਦੀ ਰਾਜਧਾਨੀ ਸੀ ਜਿਹੜੀ 1990 ਦੇ ਵਿੱਚ ਸ਼ੇਮਾ ਸਿਖਰ ਸੰਮੇਲਨ ਕੋਲੰਬੋ ਸ਼੍ਰੀਲੰਕਾ 1991 ਦੇ ਵਿੱਚ ਤੇ ਸੱਤਵਾਂ ਜੋ ਸਿਖਰ ਸੰਮੇਲਨ ਹੋਇਆ ਜੀ ਉਹ ਹੈ ਟਾਕਾ ਬੰਗਲਾਦੇਸ਼ 1993 ਵਿੱਚ ਅੱਠਵਾਂ ਸਿਖਰ ਸੰਮੇਲਨ ਨਵੀਂ ਦਿੱਲੀ ਭਾਰਤ 1995 ਵਿੱਚ ਨੌਵਾਂ ਸਿਖਰ ਸੰਮੇਲਨ ਹੋਇਆ ਮਾਲੇ ਮਾਲਦੀਪ 1997 ਦੇ ਵਿੱਚ ਤੇ ਦਸਵਾਂ ਸਿਖਰ ਸੰਮੇਲਨ ਹੋਇਆ ਜੀ ਕੋਲੰਬੋ ਦੇ ਵਿੱਚ ਸ਼੍ਰੀਲੰਕਾ ਦੇ ਵਿੱਚ ਆਜੁੜ ਕੇ 1998 ਦੇ ਵਿੱਚ ਤੇ ਜੀ ਜੋ 11ਵਾਂ ਸ਼ਿਖਰ ਸੰਮੇਲਨ ਹੈ ਉਹ ਹੈ ਨਿਪਾਲ ਕਾਠਮੰਡੂ 2002 ਤੇ 12ਵਾਂ ਸ਼ਿਖਰ ਸੰਮੇਲਨ ਹੋਇਆ ਜੀ ਇਸਲਾਮਾਬਾਦ ਪਾਕਿਸਤਾਨ 2004 ਵਿੱਚ 13ਵਾਂ ਸ਼ਿਖਰ ਸੰਮੇਲਨ ਟਾਕਾ ਬੰਗਲਾਦੇਸ਼ 2005 ਵਿੱਚ ਤੇ 14ਵਾਂ ਸ਼ਿਖਰ ਸੰਮੇਲਨ ਹੋਇਆ ਜੀ ਦਿੱਲੀ ਭਾਰਤ 2007 ਵਿੱਚ ਤੇ 15ਵਾਂ ਸ਼ਿਖਰ ਸੰਮੇਲਨ ਹੋਇਆ ਜੀ ਕੋਲੰਬੋ ਸ਼੍ਰੀਲੰਕਾ 2008 ਤੇ 16ਵਾਂ ਸ਼ਿਖਰ ਸੰਮੇਲਨ ਹੋਇਆ ਜੀ ਪੁਟਾਨ ਥਿੰਪੂ 2010 ਵਿੱਚ 17ਵਾਂ ਸ਼ਿਖਰ ਸੰਮੇਲਨ ਹੋਇਆ ਜੀ ਅੱਡੂ ਜੋ ਕਿ ਮਾਲਦੀਵ ਦੀ ਇੱਕ ਸਿਟੀ ਹੈ 2011 ਦੇ ਵਿੱਚ 18ਵਾਂ ਸ਼ਿਖਰ ਸੰਮੇਲਨ ਹੋਇਆ ਕਾਠਮੰਡੂ ਨੇਪਾਲ 2014 ਦੇ ਵਿੱਚ ਤੇ 19ਵਾਂ ਸ਼ਿਖਰ 18ਵਾਂ ਸ਼ਿਖਰ ਸੰਮੇਲਨ ਹੋਇਆ ਜੀ ਕਾਠਮੰਡੂ ਨੇਪਾਲ 2014 ਚ ਤੇ 19ਵਾਂ ਸ਼ਿਖਰ ਸੰਮੇਲਨ ਹੋਇਆ ਇਸਲਾਮਾਬਾਦ ਤਾਂ 19ਵੇਂ ਸਿਖਰ ਸੰਮੇਲਨ ਇਸਲਾਮਾਬਾਦ ਪਾਕਿਸਤਾਨ 2016 ਦੇ ਵਿੱਚ 19ਵੇਂ ਸਿਖਰ ਸੰਮੇਲਨ ਦਾ ਸੀ ਜਿਹੜਾ ਬਾਈਕਾਟ ਕੀਤਾ ਗਿਆ ਸੀ ਭਾਰਤ ਬੰਗਲਾਦੇਸ਼ ਪੂਟਾਨ ਅਤੇ ਅਫਗਾਨਿਸਤਾਨ ਇਹ ਉਸ ਸਮੇਂ ਭਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੀ ਸੀ ਤੇ ਕਿਉਂ ਕੀਤਾ ਸੀ ਜੰਮੂ ਕਸ਼ਮੀਰ ਵਿੱਚ ਜੰਮੂ ਕਸ਼ਮੀਰ ਚ ਹੋਏ ਉਰੀ ਹਮਲੇ ਕਾਰਨ ਇਸ ਦਾ ਜਿਹੜਾ ਬਾਈਕਾਟ ਕੀਤਾ ਗਿਆ ਪਾਕਿਸਤਾਨ ਨੇ ਕੀਤਾ ਸੀ ਹੋਂ ਤੱਕ ਭਾਰਤ ਵਿੱਚ ਤਿੰਨ ਜਿਹੜੇ ਸਮੇਲਨ ਹੋ ਚੁੱਕੇ ਨੇ ਜੋ ਕਿ 1986, 95 ਤੇ 2007 ਦੇ ਵਿੱਚ ਹੋਏ ਜੀ। ਇਸ ਤੋਂ ਇਹ ਜਿਹੜਾ ਕਈ ਵਾਰ ਅਖਵਾਜ਼ ਹੀ ਉੱਡੀ ਸੀ ਕਿ ਜਿਹੜਾ ਨੇਪਾਲ ਆ ਉਸ ਨੂੰ ਸਰਕ ਤੋਂ 2016 ਦੇ ਵਿੱਚ ਬਾਹਰ ਕੱਢ ਦਿੱਤਾ ਗਿਆ ਪਰ ਅਜਿਹਾ ਨਹੀਂ ਹੋਇਆ ਤਾਂ ਇਹ ਜਿਹੜੀ ਗਲਤ ਇਨਫਰਮੇਸ਼ਨ ਦਿੱਤੀ ਜਾ ਰਹੀ ਹੈ ਕਿ ਉਹਨਾਂ ਨੂੰ ਨੇਪਾਲ ਆ ਜਿਹੜਾ ਉਹਨੂੰ 2016 ਦੇ ਵਿੱਚ ਇਸ ਤੋਂ ਬਾਹਰ ਕੱਢਿਆ ਗਿਆ ਸੋ ਬਾਹਰ ਨਹੀਂ ਕੱਢਿਆ ਗਿਆ ਸੀ ਉਸ ਨੂੰ। ਤਹ ਹਜੇ ਵੀ ਉਹ ਪ੍ਰੈਜੈਂਟ ਟਾਈਮ ਇਸ ਦਾ ਮੈਂਬਰ ਹੈ। ਤੋਂ ਕਨਫਿਊਜ਼ ਨਹੀਂ ਹੋਣਾ ਇਸ ਦੇ ਵਿੱਚ। ਜਿਸ ਦਿਨ ਨਾਲ ਸੰਬੰਧਿਤ ਸੈਂਟਰ ਨੇ ਆਪਾਂ ਉਹਨਾਂ ਦੀ ਗੱਲ ਕਰਦੇ ਹਾਂ। ਐਸ ਆਈ ਸੀ ਸੈਂਟਰ ਹੈ ਸਾਰਕ ਇਨਫੋਰਮੇਸ਼ਨ ਸੈਂਟਰ ਜਾਣਕਾਰੀ ਸੈਂਟਰ ਜੋ ਕਿ ਕਾਠਮੰਡੂ ਨੇਪਾਲ ਦੇ ਵਿੱਚ ਹੈ। ਐਸ ਐਫ ਸੀ ਸਾਰਕ ਫੋਰੈਸਟਰ ਸੈਂਟਰ ਹੈ ਜਿਹੜਾ ਕਿ ਥਿੰਪੂ ਪਟਾਣ ਦੇ ਵਿੱਚ ਹੈ ਜੀ। ਸ ਆ ਐਸ ਏ ਸੀ ਸਾਰਕ ਐਗਰੀਕਲਚਰ ਸੈਂਟਰ ਹੈ ਜੋ ਕਿ ਟਾਕਾ ਬੰਗਲਾਦੇਸ਼ ਦੇ ਵਿੱਚ ਹੈ। ਐਸ ਡੀ ਸੀ ਸਾਰਕ ਡਾਕੂਮੈਂਟ ਸੈਂਟਰ ਹੈ ਜੋ ਉਹ ਦਿੱਲੀ ਭਾਰਤ ਦੇ ਵਿੱਚ ਬਣਿਆ ਹੋਇਆ ਹੈ ਹਾਂਜੀ ਜੋ ਐਸ ਈ ਸੀ ਸਾਰਕ એનર્ਜੀ ਸੈਂਟਰ ਉਹ ਹੈ ਜੀ ਇਸਲਾਮਾਬਾਦ ਪਾਕਿਸਤਾਨ ਦੇ ਵਿੱਚ ਐਸ ਸੀ ਸੀ ਹੈ ਜੋ ਸਾਰਕ ਕਲਚਰਲ ਸੈਂਟਰ ਦੈਟ ਇਜ਼ ਇਨ ਕੋਲੰਬੋ ਸ੍ਰੀ ਲੰਕਾ ਦੇ ਵਿੱਚ ਜੀ ਐਸ ਐਮ ਆਰ ਸੀ ਹੈ ਜੀ ਸਾਰਕ ਮੈਟਰੋਲੋਜੀਕਲ ਰਿਸਰਚ ਸੈਂਟਰ ਹੈ ਜੋ ਕਿ ਉਹ ਹੈ ਜੀ ਟਾਕਾ ਬੰਗਲਾਦੇਸ਼ ਵਿੱਚ ਜੋ ਕਿ ਮੌਸਮ ਬਾਰੇ ਜਾਣਕਾਰੀ ਆ ਜਿੰਦਾ ਹੈ ਨੈਕਸਟ ਹੈ ਜੀ ਸਾਰਕ ਤਬਦੀਕ ਕੇਂਦਰ ਜੋ ਕਿ ਕਾਠਮੰਡੂ ਨੇਪਾਲ ਦੇ ਵਿੱਚ ਹੈ ਹਾਂ ਜੀ ਇਸ ਦੇ ਨਾਲ ਜਿਹੜੇ ਮਿਲਦੀਆਂ ਹੋਈਆਂ ਐਸੋਸੀਏਸ਼ਨਸ ਨੇ ਠੀਕ ਹੈ ਜੋ ਬਖਵਾਕ ਵਿਚਾਰ ਮੁੱਦੇ ਹੋਏ ਉਹਨਾਂ ਬਾਰੇ ਵੀ ਆਪਾਂ ਗੱਲ ਕਰਦੇ ਹਾਂ ਫਸਟ ਹੈ ਜੀ ਨਾਫਟਾ ਜਿਸ ਦੀ ਫੁੱਲ ਫਾਰਮ ਹੈ ਨਾਰਥ ਅਮਰੀਕਨ ਫ੍ਰੀ ਟ੍ਰੇਡ ਏਰੀਆ ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਅਮਰੀਕਾ ਅਮਰੀਕੀ ਸਤੰਤਰ ਵਪਾਰ ਸੰਗ ਕਿਉਂਕਿ ਕਈ ਵਾਰ ਇਹਨਾਂ ਦੇ ਆ ਜਾਂਦੇ ਨੇ ਫੁੱਲ ਫਾਰਮਸ ਤਾਂ ਉਹ ਤਾਂ ਕਰਕੇ ਇਹਨਾਂ ਨੂੰ ਸ਼ਾਮਲ ਕੀਤਾ ਗਿਆ ਜੀ ਐਫ ਦਾ ਯੂਰੋਪੀਅਨ ਫ੍ਰੀ ਟ੍ਰੇਡ ਏਰੀਆ ਈ ਐਫਟਾ ਈ ਫੋਰ ਯੂਰੋਪੀਅਨ ਐਫ ਫ੍ਰੀ ਟੀ ਟ੍ਰੇਡ ਏ ਏਰੀਆ ਯੂਰੋਪੀਅਨ ਸਤੰਤਰ ਵਪਾਰ ਖੇਤਰ ਜਿਸ ਨੂੰ ਪੰਜਾਬੀ ਦੇ ਵਿੱਚ ਕਿਹਾ ਜਾਂਦਾ ਹੈ ਇਸੇ ਨਾਲ ਹੀ ਜੀ ਅੱਜ ਦਾ ਜੋ ਟੌਪਿਕ ਸਾਰਕ ਹੈ ਉਹ ਇੱਥੇ ਹੀ ਸਮਾਪਤ ਹੁੰਦਾ ਹੈ। ਅਗਰ ਤੁਹਾਨੂੰ ਵੀਡੀਓ ਵਧੀਆ ਲੱਗਦੀ ਨਹੀਂ ਤਾਂ ਪਲੀਜ਼ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ। ਮਿਲਦੇ ਹਾਂ ਜੀ ਨੈਕਸਟ ਕਨਸੈਪਟ ਦੇ ਨਾਲ ਨੈਕਸਟ ਕਲਾਸ ਦੇ ਵਿੱਚ। ਤਦ ਤੱਕ ਲਈ ਧੰਨਵਾਦ।